90 ਮਿੰਟਾਂ ਦੇ ਬਾਅਦ ਇੰਡੀਆ ਦੇ ਵਿੱਚ ਇੱਕ ਹੋਰ ਦਾਜ ਦੀ ਬਲੀ ਚੜ ਜਾਂਦੀ ਆ ਤੇ ਜੇਕਰ ਆਪਾਂ ਇੱਕ ਸਾਲ ਦੀ ਗੱਲ ਕਰੀਏ ਤਾਂ ਇਹ ਜਿਹੜੇ ਅੰਕੜੇ ਆ ਤਕਰੀਬਨ 7000 ਦੇ ਕਰੀਬ ਪਹੁੰਚ ਜਾਂਦੇ ਆ ਤੇ ਇਹ ਸਿਰਫ ਇੱਕ ਰਿਕਾਰਡਡ ਅੰਕੜੇ ਨੇ ਤੇ ਜੇਕਰ ਆਪਾਂ ਐਕਚੁਅਲ ਨੰਬਰਸ ਦੀ ਗੱਲ ਕਰੀਏ ਤਾਂ ਉਹ ਬਹੁਤ ਜ਼ਿਆਦਾ ਹੋਣਗੇ ਕਿਉਂਕਿ ਜਿਹੜੇ ਮੁੰਡੇ ਆਲੇ ਜੇਕਰ ਉਹ ਪਾਵਰ ਦੇ ਵਿੱਚ ਹੋਣ ਕੁੜੀ ਵਾਲਿਆਂ ਤੋਂ ਜ਼ਿਆਦਾ ਤਾਕਤਵਰ ਹੋਣਾ ਤਾਂ ਉਹਨਾਂ ਨੂੰ ਦਬਾਇਆ ਜਾਂਦਾ ਤਾਂ ਕਿ ਉਹ ਰਿਪੋਰਟ ਨਾ ਕਰ ਸਕਣ ਦਾਜ ਦੇ ਕੇਸ ਨੂੰ ਵਰਡ ਬੈਂਕ ਨੇ ਨਾ ਇੱਕ ਸਟੱਡੀ ਕੀਤੀ ਸੀਗੀ 1960 ਤੋਂ ਲੈ ਕੇ 2008 ਤੱਕ ਜਿਦੇ ਚ ਉਹਨਾਂ ਨੇ ਤਕਰੀਬਨ 40000 ਦੇ ਕਰੀਬ ਇੰਡੀਆ ਦੇ ਜਿਹੜੇ ਵਿਆਹ ਸੀ ਉਹਨਾਂ ਦੇ ਉੱਪਰ ਸਟੱਡੀ ਕੀਤੀ ਸੀ ਤੇ ਜਿਹੜੇ ਅੰਕੜੇ ਆਏ ਸੀ ਇਹ ਬਹੁਤ ਹੈਰਾਨ ਕਰਨ ਵਾਲੇ ਅੰਕੜੇ ਸੀ ਜਿਵੇਂ ਕਿ ਉਹਨਾਂ ਨੇ ਆਪਣੀ ਸਟੱਡੀ ਦੇ ਵਿੱਚ ਦੱਸਿਆ ਕਿ 95% ਦੇ ਕਰੀਬ ਅਜੇ ਵੀ ਇੰਡੀਆ ਦੇ ਵਿੱਚ ਵਿਆਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਸਟਿੱਲ ਦਾਜ ਲਿਆ ਜਾਂਦਾ ਈਵਨ ਕਿ 1 ਮਈ 1961 ਦੇ ਵਿੱਚ ਦਾਜ ਦੇ ਖਿਲਾਫ ਇੱਕ ਐਕਟ ਵੀ ਬਣਾਇਆ ਗਿਆ ਸੀ ਲੈ ਕੇ ਆਪਾਂ ਦਾਜ ਲੈਨੇ ਆ ਤਾਂ ਇੱਕ ਕਾਨੂੰਨੀ ਜੁਰਮ ਆ ਤੇ ਇਸ ਲਾਅ ਦੇ ਬਣਨ ਤੋਂ ਬਾਅਦ ਵੀ ਅੱਜ ਤੱਕ ਤਕਰੀਬਨ 95% ਵਿਆਹਾਂ ਦੇ ਵਿੱਚ ਹਜੇ ਵੀ ਦਾਜ ਦਿੱਤਾ ਜਾਂਦਾ ਤੇ ਇਸ ਸਟੱਡੀ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਤਕਰੀਬਨ 5 ਗੁਣਾ ਜ਼ਿਆਦਾ ਖਰਚਾ ਹੁੰਦਾ ਕੁੜੀ ਵਾਲਿਆਂ ਦਾ ਮੁੰਡੇ ਵਾਲਿਆਂ ਤੋਂ ਜੇ ਮੰਨ ਲਓ ਕਿ ਮੁੰਡੇ ਵਾਲਿਆਂ ਨੇ ਵਿਆਹ ਤੇ 1 ਲੱਖ ਰੁਪਈਆ ਲਾਇਆ ਯਾਨੀ ਕਿ 1 ਲੱਖ ਰੁਪਈਏ ਦੇ ਗਿਫਟ ਜਾਂ ਕੋਈ ਹੋਰ ਚੀਜ਼ਾਂ ਖਰੀਦੀਆਂ ਨੇ ਤਾਂ ਕੁੜੀ ਵਾਲਿਆਂ ਨੂੰ 5 ਲੱਖ ਰੁਪਈਆ ਲਾਉਣਾ ਪੈਂਦਾ 5 ਗੁਣਾ ਦੇ ਕਰੀਬ ਜ਼ਿਆਦਾ ਖਰਚਾ ਹੁੰਦਾ ਕੁੜੀ ਵਾਲਿਆਂ ਦਾ ਮੁੰਡੇ ਵਾਲਿਆਂ ਤੋਂ ਇੱਕ ਵਿਆਹ ਕਰਨ ਦੇ ਲਈ ਤੇ ਇਸ ਸਟੱਡੀ ਨੇ ਇਹ ਵੀ ਸ਼ੋਅ ਕੀਤਾ ਤਾਕਿ ਜਿਹੜੇ ਘਰ ਦੇ ਵਿੱਚ ਵੀ ਕੁੜੀ ਆ ਉਹ ਕੁੜੀ ਨੂੰ ਦਾਜ ਦੇਣ ਦੇ ਲਈ ਤਕਰੀਬਨ ਆਪਣੀ ਆਮਦਨ ਦਾ 14% ਸੇਵ ਕਰਕੇ ਰੱਖਦੇ ਆ ਤਾਂ ਜੋ ਉਹ ਜਦੋਂ ਕੁੜੀ ਦਾ ਵਿਆਹ ਕਰਨਾ ਉਹ ਨੂੰ ਸਿਰਫ ਦਾਜ ਦੇ ਸਕਣ ਇੰਨੀ ਜ਼ਿਆਦਾ ਸੇਵਿੰਗ ਕਰਨੀ ਪੈਂਦੀ ਆ ਕੁੜੀ ਦੇ ਮਾਪਿਆਂ ਨੂੰ ਤੇ ਜੇ ਆਪਾਂ ਮੁੰਡੇ ਵਾਲਿਆਂ ਦੀ ਗੱਲ ਕਰੀਏ ਉਹ ਮੁੰਡੇ ਦਾ ਵਧੀਆ ਵਿਆਹ ਕਰਨ ਦੇ ਲਈ ਬਹੁਤ ਵਧੀਆ 50-60 ਲੱਖ ਰੁਪਏ ਦੀ ਕੋਠੀ ਦਾ ਪਾ ਲੈਂਦੇ ਆ ਪਰ ਉਸ ਕੋਠੀ ਦੇ ਵਿੱਚ ਫਰਨੀਚਰ ਬੈੱਡ ਸੋਫੇ ਜਾਂ ਕਹੋ ਫਰਿੱਜ ਵਗੈਰਾ ਉਹ ਲਿਆਉਣ ਦੇ ਲਈ ਉਹ ਮੁੰਡੇ ਦਾ ਵਿਆਹ ਹੋਣ ਦੀ ਵੇਟ ਕਰਦੇ ਆ ਤੇ ਕਈ ਘਰ ਤਾਂ ਇੰਨੇ ਲਾਲਚੀ ਹੁੰਦੇ ਆ ਕਿ ਕਾਰ ਜਾਂ ਹੋਰ ਚੀਜ਼ਾਂ ਦੀ ਵੀ ਮੰਗ ਕਰਦੇ ਆ ਜਦੋਂ ਕੋਠੀ ਵਾਲੀ 50 ਲੱਖ ਰੁਪਏ ਹੀ ਲਾਤਾ ਤਾਂ 2-4 ਲੱਖ ਰੁਪਏ ਦਾ ਜੇਕਰ ਆਪਾਂ ਫਰਨੀਚਰ ਲਿਆ ਕੇ ਰੱਖ ਲਾਂਗੇ ਤਾਂ ਉਹਦੇ ਨਾਲ ਕੀ ਜਾਣ ਨਿਕਲਦੀ ਆ ਪਰ ਫੇਰ ਵੀ ਮੁੰਡੇ ਵਾਲੇ ਇਸ ਚੀਜ਼ ਦੀ ਵੇ ਦਾ ਵਿਆਹ ਹੋਊਗਾ ਤਾਂ ਕਿ ਉਹਨਾਂ ਦੇ ਘਰ ਦੇ ਵਿੱਚ ਇਹ ਚੀਜ਼ ਆ ਸਕੇ ਤੇ ਇੰਨਾ ਜ਼ਿਆਦੇ ਦਾਜ ਲੈਣ ਤੋਂ ਬਾਅਦ ਵੀ ਮੁੰਡੇ ਵਾਲੇ ਖੁਸ਼ ਨਹੀਂ ਹੁੰਦੇ तकरीबन 7000 ਦੇ ਕਰੀਬ ਕੁੜੀਆਂ ਜਿਹੜੀਆਂ ਹਰ ਸਾਲ ਦਾਜ ਦੀ ਬਲੀ ਚੜ ਜਾਂਦੀਆਂ ਤੇ ਜੇਕਰ ਆਪਾਂ ਗੱਲ ਕਰੀਏ ਨਾ ਤਕਰੀਬਨ 2500 ਕੁੜੀਆਂ ਨੂੰ ਜਿੰਦਾ ਜਲਾ ਦਿੱਤਾ ਜਾਂਦਾ ਜਿਵੇਂ ਕਿ ਆਪਾਂ ਆਮ ਹੀ ਖਬਰਾਂ ਦੇ ਵਿੱਚ ਸੁਣਦੇ ਆ ਕਿ ਨਵੀਂ ਵਿਆਹੀ ਕੁੜੀ ਰਸੋਈ ਦੇ ਵਿੱਚ ਕੁਕਿੰਗ ਕਰ ਰਹੀ ਸੀਗੀ ਤੇ ਗੈਸ ਫਟਣ ਦੇ ਕਰਕੇ ਉਹਨੂੰ ਅੱਗ ਲੱਗ ਗਈ ਜਰ ਕਿ ਉਹ ਕੁੜੀ ਨੇ ਆਪਣੀ ਸਾਰੀ ਉਮਰ ਕੁਕਿੰਗ ਕੀਤੀ ਹੁੰਦੀ ਆ ਆਪਣੇ ਪੇਕੇ ਘਰ ਦੇ ਵਿੱਚ ਪਰ ਜਦੋਂ ਹੀ ਉਹ ਸਹੁਰੇ ਘਰ ਜਾਂਦੀ ਆ ਦਾਜ ਦੀ ਮੰਗ ਹੁੰਦੀ ਆ ਤੇ ਉਹ ਦਾਜ ਨਹੀਂ ਮਿਲਦਾ ਤਾਂ ਉਹਨੂੰ ਜਿੰਦਾ ਜਲਾ ਦਿੱਤਾ ਜਾਂਦਾ ਤੇ ਫਿਰ ਕੇਸ ਬਣਾ ਦਿੱਤਾ ਜਾਂਦਾ ਕਿ ਗੈਸ ਫਟਣ ਦੇ ਕਰਕੇ ਅੱਗ ਲੱਗ ਗਈ ਤੇ ਤਕਰੀਬਨ ਹਰ ਸਾਲ 2500 ਦੇ ਕਰੀਬ ਅਜਿਹੀਆਂ ਕੁੜੀਆਂ ਜਿਨ੍ਹਾਂ ਨੂੰ ਇਸ ਤਰੀਕੇ ਦੇ ਨਾਲ ਦਾਇ ਦੀ ਬਲੀ ਚੜਾ ਦਿੱਤਾ ਜਾਂਦਾ ਜਿਹੜੀ ਇਹ ਦਾਜ ਪ੍ਰਥਾ ਨਾ ਜੇਕਰ ਆਪਾਂ ਇਹਦੇ ਮਾੜੇ ਪ੍ਰਭਾਵ ਦੀ ਗੱਲ ਕਰੀਏ ਤਾਂ ਸਭ ਤੋਂ ਮਾੜਾ ਪ੍ਰਭਾਵ ਹੁੰਦਾ ਕੁੜੀਆਂ ਦੀ ਭਰੂਣ ਹੱਤਿਆ ਕੁੜੀਆਂ ਨੂੰ ਮਾਂ ਦੇ ਪੇਟ ਦੇ ਵਿੱਚ ਹੀ ਮਰਵਾ ਦਿੱਤਾ ਜਾਂਦਾ ਅੱਜ ਦੇ ਦਿਨ ਤੱਕ ਵੀ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਕਿਉਂਕਿ ਹਰ ਇੱਕ ਪਰਿਵਾਰ ਦੇ ਵਿੱਚ ਇਹ ਧਾਰਨਾ ਬਣੀ ਆ ਕਿ ਜੇਕਰ ਉਹਨਾਂ ਦੇ ਘਰ ਕੁੜੀ ਹੋਗੀ ਤਾਂ ਉਹਨੂੰ ਦਾਜ ਦੇਣਾ ਪਊਗਾ ਤੇ ਦਾਜ ਦੇਣ ਤੇ ਉਹਨਾਂ ਦਾ ਇੰਨਾ ਜ਼ਿਆਦਾ ਖਰਚਾ ਆ ਜਾਊਗਾ ਤਾਂ ਕਰਕੇ ਉਹ ਕਦੇ ਵੀ ਕੁੜੀ ਜੰਮਣਾ ਹੀ ਨਹੀਂ ਚਾਹੁੰਦੇ ਉਹ ਸਿਰਫ ਮੁੰਡਾ ਭਾਲਦੇ ਆ ਤੇ ਇਸ ਕਰਕੇ ਕੁੜੀਆਂ ਦੀ ਭਰੂਣ ਹੱਤਿਆ ਬਹੁਤ ਜ਼ਿਆਦਾ ਹੁੰਦੀ ਆ ਜੇਕਰ ਆਪਾਂ ਗੱਲ ਕਰੀਏ ਨਾ ਦਾਜ ਦੀ ਤਾਂ ਦਾਜ ਦੇ ਵਿੱਚ ਸਭ ਤੋਂ ਜ਼ਿਆਦਾ 골ਡ ਦਿੱਤਾ ਜਾਂਦਾ ਤੇ 1980 ਦੇ ਵਿੱਚ ਨਾ ਜਦੋਂ ਜਿਹੜੇ 골ਡ ਦੇ ਪ੍ਰਾਈਸ ਸੀ ਉਹ ਸੜਨਲੀ ਜ਼ਿਆਦਾ ਵਧ ਗਏ ਨਾ ਤੇ ਉਸ ਸਾਲ ਦੇਖਿਆ ਗਿਆ ਕਿ ਜਿਹੜਾ ਕੁੜੀਆਂ ਦਾ ਅਬੋਰਸ਼ਨ ਹੋਇਆ ਨਾ ਉਹ ਵੀ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਹੋਇਆ ਕਿਉਂਕਿ ਪਰਿਵਾਰਾਂ ਨੂੰ ਇਹ ਲੱਗਦਾ ਸੀ ਕਿ 골ਡ ਦਾ ਰੇਟ ਲਗਾਤਾਰ ਵੱਧ ਰਿਹਾ ਤੇ ਜਦੋਂ ਨੂੰ ਇਹ ਕੁੜੀ ਨੇ ਵਿਆਹਣ ਵਾਲੀ ਹੋਣਾ ਤਾਂ ਉਦੋਂ ਤੱਕ ਉਹ 골ਡ ਦਾ ਜਿਹੜਾ ਰੇਟ ਆ ਉਹ ਸ਼ਾਇਦ ਅਫੋਰਡ ਨਾ ਕਰ ਸਕਣ ਤਾਂ ਕਰਕੇ ਉਹਨਾਂ ਨੇ ਬਹੁਤ ਜ਼ਿਆਦਾ ਕੁੜੀਆਂ ਨੂੰ 1980 ਵਾਲੇ ਦਹਾਕੇ ਦੇ ਵਿੱਚ ਮਾਂ ਦੇ ਪੇਟ ਦੇ ਵਿੱਚ ਹੀ ਮਰਵਾ ਦਿੱਤਾ ਸੀ ਤੇ ਦਾਜ ਪ੍ਰਸਾਦ ਤੇ ਜੇਕਰ ਆਪਾਂ ਦੂਜੇ ਮਾੜੇ ਅਸਰ ਦੀ ਗੱਲ ਕਰੀਏ ਤਾਂ ਉਹ ਹੈਗਾ ਕਿ ਕੁੜੀਆਂ ਨੂੰ ਘੱਟ ਪੜਾਇਆ ਜਾਂਦਾ ਇੱਕ ਘਰ ਦੇ ਵਿੱਚ ਹੀ ਮੁੰਡਾ ਚਾਹੇ ਕੁੜੀ ਨਾਲੋਂ ਘੱਟ ਪੜਦਾ ਹੋਵੇ ਪਰ ਮੁੰਡੇ ਨੂੰ ਫਿਰ ਵੀ ਚੰਡੀਗੜ੍ਹ ਤੱਕ ਜਾਂ ਬਾਹਰਲੇ ਮੁਲਖਾਂ ਤੱਕ ਪੜਾਇਆ ਜਾਂਦਾ ਤੇ ਕੁੜੀ ਨੂੰ ਇਹ ਕਹਿ ਕੇ ਨਹੀਂ ਪੜਾਇਆ ਜਾਂਦਾ ਕਿ ਜਿਹੜੇ ਪੈਸੇ ਤੇਰੀ ਪੜ੍ਹਾਈ ਤੇ ਲੱਗਣਗੇ ਉਹਨਾਂ ਦਾ ਦਾਜ ਦੇ ਕੇ ਵਧੀਆ ਘਰ ਲੱਭ ਕੇ ਉਹਦਾ ਵਿਆਹ ਕਰ ਦਾਂਗੇ ਤਕਰੀਬਨ 26% ਕੁੜੀਆਂ ਅਜਿਹੀਆਂ ਆ ਜਿਨ੍ਹਾਂ ਨੂੰ ਬਿਲਕੁਲ ਵੀ ਨਹੀਂ ਪੜਾਇਆ ਜਾਂਦਾ ਤੇ 10 ਤੋਂ 15% ਅਜਿਹੀਆਂ ਕੁੜੀਆਂ ਨੇ ਜਿਨ੍ਹਾਂ ਨੂੰ ਸਿਰਫ ਦਾਜ ਦਾ ਕਾਰਨ ਦੱਸ ਕੇ ਕਿ ਤੇਰੇ ਵਿਆਹ ਤੇ ਦਾਜ ਦੇਣਾ ਤਾਂ ਕਰਕੇ ਦੂਜੀ ਸਾਈਡ ਤੇ ਜੇਕਰ ਗੱਲ ਕਰੀਏ ਮੁੰਡਾ ਚਾਹੇ ਬਿਲਕੁਲ ਨਾ ਪੜਦਾ ਹੋਵੇ ਉਹਨੂੰ ਫੇਰ ਵੀ ਵੱਡੇ ਵੱਡੇ ਕਾਲਜਾਂ ਦੇ ਵਿੱਚ ਐਡਮਿਸ਼ਨ ਕਰਾਈ ਜਾਂਦੀ ਆ ਕਿਉਂਕਿ ਹਰ ਇੱਕ ਪਰਿਵਾਰ ਨੂੰ ਲੱਗਦਾ ਕਿ ਇਹ ਤਾਂ ਸਾਡਾ ਕੋਲ ਦਾ ਦੀਪਕ ਆ ਇਹਨੇ ਤਾਂ ਸਾਡੇ ਪਰਿਵਾਰ ਨੂੰ ਅੱਗੇ ਤੋਰਨਾ ਇਹਨੇ ਸਾਡੇ ਵੰਸ਼ ਨੂੰ ਅੱਗੇ ਤੋਰਨਾ ਤੀਜਾ ਜਿਹੜਾ ਮੜਾ ਅਸਰ ਆ ਨਾ ਦਾਜ ਪ੍ਰਥਾ ਦਾ ਇਹ ਹਮੇਸ਼ਾ ਕੁੜੀਆਂ ਨੂੰ ਦਬਾਇਆ ਜਾਂਦਾ ਕੁੜੀਆਂ ਨੂੰ ਹਮੇਸ਼ਾ ਸੁਣਾਇਆ ਜਾਂਦਾ ਕਿ ਤੁਸੀਂ ਤਾਂ ਪਰਾਇਆ ਤਾਂ ਨਾ ਤੁਹਾਡੇ ਵਿਆਹ ਦੇ ਲਈ ਅਸੀਂ ਦਾਜ ਜੋੜਨਾ ਤਾਂ ਕਰਕੇ ਕਦੇ ਵੀ ਉਹਨਾਂ ਦੀ ਜੇਕਰ ਉਹ ਬਿਜ਼ਨਸ ਕਰਨਾ ਚਾਹੁੰਦੀਆਂ ਉਹਨਾਂ ਦੀ ਮਦਦ ਨਹੀਂ ਕੀਤੀ ਜਾਂਦੀਗੀ ਉਹਨਾਂ ਨੂੰ ਹਮੇਸ਼ਾ ਇਹ ਕਿਹਾ ਜਾਂਦਾ ਕਿ ਤੇਰੇ ਦਾਜ ਲਈ ਪੈਸੇ ਜੋੜ ਕੇ ਰੱਖਿਆ ਤੈਨੂੰ ਬਿਜ਼ਨਸ ਕਰਨ ਲਈ ਪੈਸੇ ਨਹੀਂ ਦੇ ਸਕਦੇਗੇ ਜਦ ਕਿ ਉੱਥੇ ਹੀ ਮੁੰਡਾ ਚਾਹੇ ਨਲਾਇਕ ਹੀ ਹੋਵੇ ਉਹ ਬਿਜ਼ਨਸ ਅਫੇਲ ਵੀ ਕਰਦੇ ਉਹਨੂੰ ਉਦੋਂ ਜ਼ਿਆਦਾ ਪੈਸੇ ਦੇ ਦਿੱਤੇ ਜਾਂਦੇ ਆ ਪਰ ਕੁੜੀ ਨੂੰ ਮਾਪਿਓ ਕਦੇ ਵੀ ਪੈਸੇ ਨਹੀਂ ਦਿੰਦਾਗਾ ਕਿ ਉਹ ਆਪਣਾ ਬਿਜ਼ਨਸ ਸਟਾਰਟ ਕਰ ਲਵੇ ਇਹ ਨਹੀਂ ਕਿ ਦੁਨੀਆ ਆਧੁਨਿਕ ਹੋ ਰਹੀ ਆ ਤੇ ਇਹ ਜਿਹੜੀ ਦਾਜ ਪ੍ਰਥਾ ਇਹ ਘਟ ਰਹੀ ਆ 1930 ਦੇ ਵਿੱਚ ਤਕਰੀਬਨ 40% ਵਿਆਹ ਅਜਿਹੇ ਸੀ ਜਿਨ੍ਹਾਂ ਦੇ ਵਿੱਚ ਦਾਜ ਦਿੱਤਾ ਜਾਂਦਾ ਸੀ ਪਰ ਸਨ 2000 ਆਉਣ ਤੱਕ ਤਕਰੀਬਨ 90% ਵਿਆਹ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਦਾਜ ਦਿੱਤਾ ਜਾਂਦਾ ਤੇ ਇਹਨੂੰ ਖਤਮ ਕਰਨ ਦੇ ਲਈ ਸਰਕਾਰ ਵੀ ਕੁਝ ਉਪਰਾਲੇ ਕਰ ਰਹੀ ਆ ਉਹਨਾਂ ਨੇ ਕਾਨੂੰਨ ਵੀ ਬਣਾਇਆ ਪਰ ਅਜਿਹੇ ਕਾਨੂੰਨ ਸ਼ਾਇਦ ਦਾਜ ਪ੍ਰਥਾ ਨੂੰ ਖਤਮ ਨਹੀਂ ਕਰ ਸਕਦੇ ਕੁੜੀਆਂ ਤੇ ਕੁੜੀਆਂ ਦੇ ਮਾਪਿਆਂ ਨੂੰ ਦਾਜ ਪ੍ਰਥਾ ਦੇ ਖਿਲਾਫ ਖੜੇ ਹੋਣਾ ਚਾਹੀਦਾ ਉਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਜੇਕਰ ਕੋਈ ਵੀ ਦਾਜ ਮੰਗਦਾ ਸ਼ਾਇਦ ਕੁੜੀਆਂ ਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ ਤੇ ਮੈਂ ਗਾਰੰਟੀ ਦਿੰਦਾ ਕਿ ਸਿਰਫ 1 ਵੀਕ ਦੇ ਲਈ ਜੇਕਰ ਕੁੜੀਆਂ ਸਟ੍ਰਾਈਕ ਕਰ ਦੇਣ ਕਿ ਉਹ ਦਾਜ ਪ੍ਰਥਾ ਦੇ ਖਿਲਾਫ ਆ ਤੇ ਦਾਜ ਮੰਗਣ ਵਾਲੇ ਦੇ ਨਾਲ ਵਿਆਹ ਨਹੀਂ ਕਰਾਉਣਾ ਤਾਂ ਗਾਰੰਟੀ ਆ ਕਿ ਮੁੰਡੇ ਵਾਲੇ ਕੋਲੋਂ ਦਾਜ ਦੇ ਕੇ ਸ਼ਰ ਵਿਆਹ ਰਵਾਨ ਤੇ ਇਹਦੇ ਤੋਂ ਇਲਾਵਾ ਮਾਪਿਆਂ ਦੇ ਅੱਗੇ ਵੀ ਇੱਕ ਬੇਨਤੀ ਆ ਕਿ ਕੁੜੀਆਂ ਨੂੰ ਜਿਆਦਾ ਤੋਂ ਜਿਆਦਾ ਪੜਾਇਆ ਜਾਵੇ ਕੁੜੀਆਂ ਨੂੰ ਆਪਣੇ ਪੈਰਾਂ ਦੇ ਸਟੈਂਡ ਕੀਤਾ ਜਾਵੇ ਕੁੜੀਆਂ ਵੀ ਕਿਸੇ ਗੱਲੋਂ ਘਟ ਨਹੀਂ ਜੀਆਂ ਤਾਂ ਕਿ ਉਹ ਆਪਣੀ ਲਾਈਫ ਦੇ ਵਿੱਚ ਆਪ ਦੇ ਖੁਦ ਦੇ ਡਿਸੀਜਨ ਲੈ ਸਕਣ ਉਹ ਸੈਲਫ ਮੇਡ ਬਣ ਸਕਣ ਉਹ ਕਿਸੇ ਦੇ ਡਿਪੈਂਡ ਨਾ ਰਹਿਣ ਤਾਂ ਕਿ ਜੇਕਰ ਅੱਗੇ ਜਾ ਕੇ ਸਹੁਰਾ ਪਰਿਵਾਰ ਦਾਜ ਮੰਗਦਾ ਵੀ ਆ ਤਾਂ ਉਹ ਆਪਣਾ ਇੱਕ ਸਟੈਂਡ ਲੈ ਸਕਣ ਤੇ ਉਹਨਾਂ ਨੂੰ ਦਾਜ ਤੋਂ ਇਨਕਾਰ ਕਰ ਸਕਣ ਸੋ ਸਰਕਾਰ ਦੇ ਕਾਨੂੰਨ ਬਣਾਉਣ ਦੇ ਨਾਲ ਆਪਾਂ ਇਹ ਦਾਜ ਪ੍ਰਥਾ ਤੋਂ ਨਹੀਂ ਬਚ ਸਕਦੇ ਜੇਕਰ ਆਪਾਂ ਵੀ ਕੋਈ ਉਪਰਾਲੇ ਕਰਾਂਗੇ ਤਾਹੀਂ ਆਪਾਂ ਇਸ ਬ੍ਰਾਸ਼ਾ ਤੋਂ ਬੱਸ ਸਕਦੇ ਆ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਆ ਜਿਹੜੀ ਕਿ ਆਪਣੇ ਸਮਾਜ ਨੂੰ ਲੱਗੀ ਹੋਈ ਆ ਤੇ ਆਪਾਂ ਨੂੰ ਸ਼ਾਇਦ ਇਸ ਬਿਮਾਰੀ ਨੂੰ ਜੜ ਤੋਂ ਪੱਟ ਕੇ ਸੁੱਟਣ ਦੀ ਲੋੜ ਆ ਤੇ ਆ ਵੀਡੀਓ ਤੇ ਕਲਿੱਕ ਕਰਕੇ ਦੇਖਿਓ ਇੰਡੀਅਨ ਐਜੂਕੇਸ਼ਨ ਸਿਸਟਮ ਦੇ ਬਾਰੇ ਆਪਾਂ ਤੁਹਾਡੇ ਨਾਲ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ